ਉਥੇ ਕੀ ਪੜਦੇ ਨੇ ਸਾਰੇ ਹਵਾਇ ਸ਼ਵੇ ਪਰ ਜਾਬ ਸਾਹਿਬ ਦੇ ਆਰੰਭ ਦੇ ਵਿੱਚ ਤੱਤੇ ਦੇ ਥੱਲੇ ਵਾਵਾ ਤੇ ਆਉਂਦਾ ਪਰ ਉੱਤੇ ਦਲਾਵਾ ਨਹੀਂ ਆ ਰਹੀਆਂ ਹੁਣ ਇੱਥੇ ਕੀ ਪੜਾਂਗੇ ਤਾਂ ਪ੍ਰਾਣੇ ਜਿਹੜੇ ਮਹਾਤਮਾ ਸੀ ਜਾਂ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਉਹ ਅਧਿਆਹਾਰ ਦਾ ਨਿਜਮ ਵਰਤ ਕੇ ਉਥੇ ਤਵੈ ਪੜਦੇ ਨੇ ਦਲਾਵਾਂ ਲਾ ਕੇ ਪੜਦੇ ਨੇ ਹਾਲਾਂਕਿ ਦਲਾਵਾਂ ਹੈ ਨਹੀਂ ਉਥੇ ਜੇ ਕੀਆ ਅਧਿਆਰ ਦਾ ਨਿਜਮ ਤੇ ਜੇ ਇਹਨੂੰ ਸਿੱਧਾ ਵੀ ਪੜਦਗੇ ਤੋ ਤਾਂ ਵੀ ਸ਼ੁੱਧ ਉਚਾਰਨ ਹੈ ਤੇ ਕਈ ਵਿਦਵਾਨ ਅਧਿਆਰ ਦਾ ਨਿਜਮ ਵਰਤ ਕੇ ਇੱਥੇ ਦਲਾਵਾਂ ਲਾ ਕੇ ਤਵਾਹ ਕਹਿੰਦੇ ਨੇ ਗੱਲ ਤੋ ਵੀ ਨਹੀਂ ਮਣ ਪਰ ਜਿਹਨੂੰ ਪਤਾ ਵੀ ਅਧਿਆ ਹਾਰ ਦਾ ਨਿਜਮ ਕੀ ਹੁੰਦਾ ਉਹਨੂੰ ਤੇ ਪਤਾ ਜਿਹਨੂੰ ਨਹੀਂ ਪਤਾ ਉਹਨੇ ਕਹਿਣਾ ਦਲਾਵਾ ਕਿੱਥੋਂ ਕੱਢ ਲਿਆ ਇਹਨਾਂ ਨੇ ਹੁਣ ਕੀ ਦੱਸੇ ਵੀ ਜਿੰਨਾ ਜਿੰਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਵਿਦਵਾਨ ਸੀ ਉਹਨਾਂ ਤੋਂ ਵਿਦਵਾਨ ਹੋਵੇ ਤੇ ਤੈਨੂੰ ਪਤਾ ਲੱਗੇ ਵੀ ਕਿੱਥੋਂ ਕੱਢਿਆ ਪੁਜਾਰਨ ਤੇ ਦੋਵੇਂ ਠੀਕ ਹੈ ਤੋ ਵੀ ਠੀਕ ਹੈ ਤੁਹਾਇ ਵੀ ਠੀਕ ਹੈ ਤਾਂ ਅਧਿਆ ਹਾਰ ਦਾ ਨਿਜਮ ਵਿਦਵਾਨ ਵਰਤ ਲੈਂਦੇ ਸੀ ਤਾਂ ਰੂਪ ਦੇ ਨਾਲ ਕੀ ਆਉਂਦਾ ਹੈ ਨਾਮ ਵਿਦਾਨ ਦੇ ਵਿੱਚ ਸੰਸਾਰ ਨੂੰ ਜਗਤ ਨੂੰ ਕੀ ਮੰਨਿਆ ਗਿਆ ਨਾਮ ਰੂਪ ਰੂਪ ਦੇ ਨਾਲ ਕੀ ਆ ਗਿਆ ਨਾਮ ਨਾਮ ਕੀ ਜਗਤ ਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੂੰ ਬਾਹਰਲੇ ਸੰਸਾਰ ਤੋਂ ਜਗਤ ਤੋਂ ਰਹਿਤ ਹੈ ਤੈਨੂੰ ਮੇਰੀ ਨਮਸਕਾਰ ਹੈ ਤੂੰ ਸੰਸਾਰ ਤੋਂ ਨਿਰਲੇਪ ਹੈ ਇਸ ਤਰ੍ਹਾਂ ਮਹਾਪੁਰਸ਼ਾਂ ਨੇ ਵਿਦਵਾਨਾਂ ਨੇ ਅਰਥ ਕੀਤੇ ਬਾਕੀ ਜੋ ਵੀ ਸਤਪੁਰਖ ਮਹਾਤਮਾ ਵਿਦਵਾਨ ਕਰਦੇ ਨੇ ਉਹਨਾਂ ਦੀ ਬੁੱਧੀ ਦੀ ਬਰਾਬਰਤਾ ਤੇ ਕੋਈ ਵੀ ਨਹੀਂ ਕਰ ਸਕਦਾ ਤਾਂ ਸਤਗੁਰੂ ਜੀ ਕਹਿੰਦੇ ਜਿਹੜਾ ਰੂਪ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਨਮਸਕਾਰ ਹੈ ਅਰੂਪੇ ਆਹ ਹੋਰ ਤੋੜ ਗਏ ਤੇ ਕੀ ਬਣਿਆ ਅਰ ਊਪੇ ਇਹਦੇ ਵਿੱਚੋਂ ਕੀ ਬਣਿਆ ਅਰੂਪੇ ਚੋ ਅਰ ਊਪੇ ਅਰ ਮੈਨੇ ਵੈਰੀ ਅਰੀਕ ਨੂੰ ਕਹਿੰਦੇ ਵੈਰੀ ਨੂੰ ਦੁਸ਼ਮਣ ਊਪ ਕਿਨੂੰ ਕਹਿੰਦੇ ਉਪਮਾਨ ਹੇ ਵਾਹਿਗੁਰੂ ਜੀ ਦੁਸ਼ਮਣ ਵੀ ਤੇਰੀ ਉਪਮਾ ਕਰਦਾ ਉਨ ਇੱਥੇ ਸਵਾਲ ਪੈਦਾ ਹੋ ਗਿਆ ਵੀ ਰੱਬ ਦਾ ਦੁਸ਼ਮਣ ਵੀ ਹੁੰਦਾ ਕੋਈ ਰੱਬ ਦਾ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜਿਹੜਾ ਸੰਤਾਂ ਦਾ ਸੱਜਣਾ ਉਹ ਰੱਬ ਦਾ ਸੱਜਣਾ ਜਿਹੜਾ ਸੰਤਾਂ ਦਾ ਸੱਜਣਾ ਉਹ ਕੀ ਆ ਪ੍ਰਮਾਤਮਾ ਦਾ ਸੱਜਣ ਜਿਹੜਾ ਸੰਤਾਂ ਦਾ ਪ੍ਰੇਮੀ ਆ ਉਹ ਰੱਬ ਰੱਬ ਦਾ ਪ੍ਰੇਮੀ ਤੇ ਜਿਹੜਾ ਸੰਤਾਂ ਨੂੰ ਦੁੱਖ ਦੇਣ ਵਾਲਾ ਹੈ ਦੁਖੀ ਹੈ ਉਹ ਰੱਬ ਦਾ ਵੀ ਦੁਖੀ ਹੈ ਆਹ ਗੱਲ ਹੈ ਹੋਰ ਕੋਈ ਨਹੀਂ ਜਿਹੜਾ ਸੰਤਾਂ ਦਾ ਦਸ਼ਮਣ ਉਹ ਰੱਬ ਦਾ ਦਸ਼ਮਣ ਇਹ ਕੌਣ ਕਹਿੰਦੇ ਦਸਵੇਂ ਪਾਤਸ਼ਾਹ ਕਹਿੰਦੇ ਸੰਤਨ ਦੁੱਖ ਪਾਏ ਤੇਰੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇ ਸੰਤ ਦੁੱਖ ਪਾਵੇ ਤਾਂ ਰੱਬ ਦੁਖੀ ਹੈ ਜੇ ਸੰਤ ਸੁਖ ਪਾਵੇ ਤੇ ਪ੍ਰਮਾਤਮਾ ਸੁਖੀ ਹੈ ਤਾਂ ਸੰਤਾਂ ਨੂੰ ਦੁੱਖ ਦੇਣ ਵਾਲਾ ਕੌਣ ਸੀ ਹਰਨਾਕਸ਼ ਸੰਤਾਂ ਨੂੰ ਦੁੱਖ ਦੇਣ ਵਾਲੇ ਕੌਣ ਸੀ ਮੁਗਲ ਧੰਨ ਗੁਰੂ ਗੋਬਿੰਦ ਸਿੰਘ ਅਮਰਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਵਾਲੀ ਉਹਨਾਂ ਦੇ ਉਸਤਤ ਦੁਸ਼ਮਣ ਵੀ ਕਰਦਾ ਪਿਆ ਵਾ ਕਿਦਾਂ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾ ਤੇ ਔਰੰਗਜ਼ੇਬ ਦੀ ਜਿਹੜੀ ਲੜਕੀ ਸੀ ਭਲੇਖਾਨਾ ਖਾਵਾਂ ਸ਼ਾਇਦ ਬੀਬੀ ਜ਼ੈਬਲ ਨਿਸ਼ਾ ਇਹ ਦੋਵੇਂ ਸ਼੍ਰੀਮਾਨ ਭਾਈ ਨੰਦ ਲਾਲ ਸਿੰਘ ਜੀ ਦੇ ਸ਼ਗਿਰਦ ਸੀ ਕਿਉਂ ਬੀਬੀ ਜ਼ੈਬਲ ਨਿਸ਼ਾ ਵੀ ਬੜੀ ਵੱਡੀ ਕਵੀ ਹੋਈ ਹੈ ਤੇ ਬਹਾਦਰ ਸ਼ਾਹ ਦੇ ਉਸਤਾਦ ਵੀ ਸ਼੍ਰੀਮਾਨ ਭਾਈ ਨੰਦ ਲਾਲ ਸਿੰਘ ਜੀ ਸੀ ਕੁਰਾਨ ਜਿਹੜੀ ਪਵਿੱਤਰ ਹੈ ਉਹਦੀ ਆਇਤ ਦਾ ਅਰਥ ਵਿਦਵਾਨਾਂ ਤੋਂ ਔਰੰਗਜ਼ੇਬ ਦੀ ਸਭਾ ਵਿੱਚ ਨਹੀਂ ਹੋਇਆ ਪੂਰੇ ਮੁਸਲਮਾਨ ਜਗਤ ਕੋਲੋਂ ਉਹਦਾ ਅਰਥ ਨਾ ਤਸੱਲੀ ਬਖਸ਼ ਹੋਇਆ ਤੇ ਬਹਾਦਰ ਸ਼ਾਹ ਨੇ ਆਖਿਆ ਜੀ ਜੇ ਮੇਰੇ ਉਸਤਾਦ ਭਾਈ ਆਨੰਦ ਲਾਲ ਸਾਹਿਬ ਇਹਦਾ ਅਰਥ ਕਰ ਦੇਣ ਉਹਨਾਂ ਇਹੋ ਜਿਹਾ ਅਰਥ ਕੀਤਾ ਔਰੰਗਜ਼ੇਬ ਦੀ ਤਸੱਲੀ ਹੋ ਗਈ ਹੁਣ ਔਰੰਗਜ਼ੇਬ ਕਿਦਾਂ ਦਾ ਅਸੀਰਖਾ ਦਾ ਭਰਿਆ ਹੋਇਆ ਮਦਸਰ ਦਾ ਭਰਿਆ ਹੋਇਆ ਬਾਦਸ਼ਾਹ ਸੀ ਉਹਨੇ ਆਖਿਆ ਐਡਾ ਵੱਡਾ ਵਿਦਵਾਨ ਤੇ ਹਿੰਦੂਆਂ ਚ ਕਿਉਂ ਉਸ ਟਾਈਮ ਹਿੰਦੂ ਕਹਿ ਦਿੱਤੇ ਜਾਂਦੇ ਸੀ ਸਿੱਖ ਵੀ ਭਾਵੇਂ ਕਿ ਸਿੱਖ ਪੰਥ ਨਿਆਰਾ ਮਹਾਰਾਜ ਨੇ ਸਾਜਿਆ ਸਭ ਤੋਂ ਵੀ ਐਡਾ ਵੱਡਾ ਵਿਦਵਾਨ ਤੇ ਹਿੰਦੂਆਂ ਚ ਇਹਨੂੰ ਮੁਸਲਮਾਨ ਕਰ ਲੋ ਭਾਈ ਸਾਹਿਬ ਨੂੰ ਪਤਾ ਬਣਾ ਖਬਰ ਬਣਾ ਆਪਣੀ ਮੌਤ ਚ ਆਪਣੇ ਰਾਸ ਚ ਗਿਆਨ ਦੇ ਰਸ ਦੇ ਵਿੱਚ ਖੂਬੇ ਤੇ ਬਹਾਦਰ ਸ਼ਾਹ ਨੇ ਆਖਿਆ ਮਹਾਰਾਜ ਕਿ ਉਹ ਉਸਤਾਦ ਸੀ ਨਾ ਗੁਰੂ ਜੀ ਬਹਾਦਰ ਸ਼ਾਹ ਦੇ ਤੇ ਗੁਰੂ ਦਾ ਰਿਸ਼ਤਾ ਬੜਾ ਉੱਚਾ ਹੁੰਦਾ ਹੈ। ਉਹਨਾਂ ਆਖਿਆ ਮਹਾਰਾਜ ਵੀ ਇਹ ਤੇ ਤੁਹਾਨੂੰ ਮੁਸਲਮਾਨ ਕਰਨ ਨੂੰ ਫਿਰਦੇ ਆ ਨਿਕਲ ਜਿਓ ਜੇ ਨਿਕਲਿਆ ਜਾਂਦਾ ਨਹੀਂ ਤੇ ਧਰਮ ਨਹੀਂ ਰਹਿਣਾ ਤੁਹਾਡਾ। ਵੀ ਤੁਸੀਂ ਮੇਰੇ ਉਸਤਾਦ ਆ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਵੀ ਅਸੀਂ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦੇ। ਬੀਬੀ ਜ਼ੈਬਲ ਨਿਸ਼ਾਨੇ ਬੇਨਤੀ ਕੀਤੀ। ਵੀ ਜੇ ਨਾ ਹੋਏ ਤੇ ਇਹਨੇ ਤੁਹਾਨੂੰ ਮਰਾ ਦੇਣਾ ਸਾਡੇ ਪਿਤਾ ਨੇ। ਹੁਣ ਵਿਦਵਾਨ ਸਨ ਉਹ ਕਹਿੰਦੇ ਵੀ ਹਰ ਜਗ੍ਹਾ ਤੇ ਇਨ੍ਹਾਂ ਦਾ ਹੀ ਰਾਜ ਆ ਭੱਜ ਕੇ ਜਾਊਂਗਾ ਕਿੱਥੇ ਜਿੱਥੇ ਮੇਰਾ ਧਰਮ ਬਚੇ ਮੈਂ ਜਾਊਂਗਾ ਕਿੱਥੇ ਰਾਜ ਭਾਗ ਤੇ ਹਰ ਜਗ੍ਹਾ ਹੀ ਇਨ੍ਹਾਂ ਦਾ ਹੈ ਹੁਣ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕੀ ਹੈ ਬਹਾਦਰ ਸ਼ਾ ਬੀਬੀ ਜ਼ੈਬਉਲ ਨਿਸ਼ਾ ਇਹ ਕਿਹਦਾ ਪਰਿਵਾਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੰਤਾਂ ਦੇ ਦੁਸ਼ਮਣਾਂ ਦਾ ਪਰਿਵਾਰ। ਮਹਾਪੁਰਸ਼ਾਂ ਦੇ ਦੁਸ਼ਮਣਾਂ ਦਾ ਪਰਿਵਾਰ ਹੈ ਮੁਗਲਾਂ ਦੇ ਵਿੱਚੋਂ ਨੇ। ਬਹਾਦਰ ਸ਼ਾਹ ਕਹਿੰਦਾ ਨਾ ਤੈਨੂੰ ਕੋਈ ਰਾਜਪੂਤ ਬਚਾ ਸਕਦਾ ਨਾ ਤੈਨੂੰ ਕੋਈ ਮਰਾਟਾ ਬਚਾ ਸਕਦਾ ਕਿੱਡਾ ਵੱਡਾ ਹਿੰਦੂਸਤਾਨ ਸੀ। ਕਿਸੇ ਦੇ ਪੱਲੇ ਅਣਖ ਨਹੀਂ ਹੈਗੀ। ਜੇ ਕੋਈ ਤੈਨੂੰ ਬਚਾ ਸਕਦਾ ਇੱਕ ਜਗ੍ਹਾ ਮੇਰੇ ਪਿਓ ਦਾ ਰਾਜ ਨਹੀਂ ਚੱਲਦਾ ਉਹ ਕੀ ਹੈ ਸ੍ਰੀ ਅਨੰਦਪੁਰ ਸਾਹਿਬ ਉੱਥੇ ਧੰਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪਾਸ ਚਲੇ ਜਾ ਜੇ ਬਚਣਾ ਹੀ ਨਹੀਂ ਤੇ ਹਿੰਦੁਸਤਾਨ ਕੀ ਅਫਗਾਨਿਸਤਾਨ 'ਚ ਵੀ ਤੈਨੂੰ ਕੋਈ ਨਹੀਂ ਬਚਾ ਸਕਦਾ ਕਿੱਡੇ ਵੱਡੇ ਕ੍ਰਾਂਤੀਕਾਰੀ ਯੋਧੇ ਹੋਣਗੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੀ ਵੱਡੀ ਸਲਤਨਤ ਨਾਲ ਟੱਕਰ ਲਈ ਧੰਗੁਰੂ ਗੋਬਿੰਦ ਸਿੰਘ ਜੀ ਧੰਗੁਰੂ ਗੋਬਿੰਦ ਸਿੰਘ ਜੀ ਇਹੋ ਜੇ ਰੈਬਰ ਨੇ ਜਿਨ੍ਹਾਂ ਨੇ ਲੋਕ ਸ਼ਕਤੀ ਨੂੰ ਪਛਾਣਿਆ 300 ਸਾਲ ਬਾਅਦ ਡੈਮੋਕ੍ਰੇਸੀ ਚੱਲੀ ਆ ਲੋਕ ਸ਼ਕਤੀ ਪਛਾਣੋ ਪਰ ਮਹਾਰਾਜ ਨੇ 300 ਸਾਲ ਪਹਿਲਾਂ ਲੋਕ ਸ਼ਕਤੀ ਪਛਾਣੀ ਹੈ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਰੀਬ ਭਗਤਾਂ ਨੂੰ ਵੀ ਥਾਂ ਦਿੱਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਅੱਜ ਕੱਲ ਚੱਲੇ ਨਾ ਕੋਟੇ ਕਾਟੇ ਦਾ ਬਾਅਦ ਚ ਚੱਲੇ ਆ ਬਈ ਆਹ ਕੋਟਾ ਗਰੀਬਾਂ ਨੂੰ ਦੇ ਦੋ ਆ ਇਹਨੂੰ ਦੇ ਦੋ ਇਹਨੂੰ ਦੇ ਦੋ ਮਹਾਰਾਜ ਨੇ ਤੇ ਬਾਣੀ ਚ ਅੱਜ ਤੋਂ 400 ਸਾਲ ਪਹਿਲਾਂ ਥਾਂ ਦਿੱਤਾ ਸੀ ਹੁਣ ਜਾ ਕੇ ਅੱਖਾਂ ਗੁੱਲੀਆਂ ਕਿਸੇ ਦੀ ਪੰਜਾਂ ਪਿਆਰਿਆਂ ਦੇ ਵਿੱਚ ਦੋ ਸਿੱਖ ਜਿਹੜੇ ਨੇ ਉੱਚੀ ਸ਼੍ਰੇਣੀ ਦੇ ਨੇ ਬਾਕੀ ਤਿੰਨ ਹੀ ਜਾਂ ਦੋ ਪਛੜੀ ਹੋਈ ਸ਼੍ਰੇਣੀ ਦੇ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਲੋਕ ਸ਼ਕਤੀ ਜਿਹਦੇ ਵੱਲ ਹੋ ਗਈ ਉਹਦੀ ਜੈ ਜੈਕਾਰ ਹੋ ਤਿੰਨ ਸੌ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਛਾਣ ਲਿਆ ਤਾਂ ਦੁਸ਼ਮਣ ਵੀ ਜਿਹਦੀ ਉਪਮਾ ਕਰਦਾ ਹਾਰ ਊਪੇ ਅਰੂਪੇ ਸ਼ਬਦ ਸੀ ਇਹਨੂੰ ਆਪਾਂ ਤੋੜ ਦਿੱਤਾ ਵਿਦਵਾਨ ਤੋੜਦੇ ਨੇ ਨਾ ਸੰਤ ਨਿਹਾਲ ਸਿੰਘ ਜੀ ਤੋੜ ਕੇ ਅਰਥ ਕਰਦੇ ਨੇ ਅਰ ਉਪੇ ਅਰ ਮੈਨੇ ਦੁਸ਼ਮਣ ਉਪੇ ਮੈਨੇ ਉਪਮਾ ਦੋਵੇਂ ਜੋੜ ਕੇ ਕੀ ਬਣ ਗਿਆ ਅਰੂਪੇ ਜੀ ਦੀ ਦੁਸ਼ਮਣ ਵੀ ਉਪਮਾ ਕਰੇ ਜਾਂ ਫਿਰ ਅਰ ਉਪੇ ਦਾ ਅਰਥ ਕੀ ਹੋਇਆ ਅਰੀ ਦੁਸ਼ਮਣਾ ਤੋਂ ਵੀ ਉਪੇ ਉੱਚਾ ਹੈ ਉਹ ਕੌਣ ਹਰਨਾਖਸ ਵਰਗੇ ਰਾਵਣ ਵਰਗੇ ਜੋਰ-ਜ਼ਾਰ ਲਾ ਕੇ ਬਹਿ ਗਏ ਸਾਰੇ ਹੀ ਪਰ ਖੀਰ ਡੰਕਾ ਜਿੱਤ ਦਾ ਵਾਹਿਗੁਰੂ ਦਾ ਹੀ ਬਚਿਆ ਹੈ ਪ੍ਰਮਾਤਮਾ ਦਾ ਹੀ ਬਚਿਆ ਇਹ ਕੌਣ ਲਿਖਦੇ ਨੇ ਇਹ ਗੁਰੂ ਨਾਨਕ ਦੇਵ ਸਾਹਿਬ ਬਾਣੀ ਚ ਲਿਖਦੇ ਇਹ ਸਤਿਗੁਰੂ ਜੀ ਉਚਾਰਨ ਕਰਦੇ ਨੇ ਤਾ ਮਹਾਰਾਜ ਜੀ ਕੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ ਜੀ ਤੈਨੂੰ ਸਾਡੀ ਨਮਸਕਾਰ ਹੈ ਤੈਨੂੰ ਮੇਰੀ ਨਮਸਕਾਰ ਹੈ ਜਿਹੜਾ ਵਾਹਿਗੁਰੂ ਅਰੀ ਸਾਰੇ ਸੰਤਾਂ ਦੇ ਵੈਰੀਆਂ ਤੋਂ ਵੀ ਉਪੇ ਉੱਚਾ ਹੈ ਉਪਮਾ ਦੇ ਵਿੱਚ ਨਮਸਤੰ ਅਨੂਪੇ ਇਸੇ ਤਰ੍ਹਾਂ ਨਮਸਤੰ ਅਨੂਪੇ 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 अनुपे नु भी तोड़ के दो शब्द निकले अन उपे अन रहत उपे उपमा तो वाह गुरु जी ਦੇ ਵਰਗੇ ਕੋਈ ਮਿਸਾਲ ਦੁਨੀਆ ਚ ਹੈ ਨਹੀਂ ਕੋਈ ਉਪਮਾ ਦੁਨੀਆ ਚ ਹੈ ਨਹੀਂ ਮੈਂ ਕੀ ਦੇ ਅਰਗਾ ਕਹਾਂ ਵੀ ਰੱਬ ਐਦੇ ਅਰਗਾ ਕੀ ਮਿਸਾਲ ਦੋਗੇ ਗੁਰਬਾਣੀ ਕੀ ਕਹਿੰਦੀ ਐ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਕੀਦੀ ਮਿਸਾਲ ਦਵਾ ਉਦਾਹਰਣ ਕੀਦੀ ਦਵਾ ਵੀ ਰੱਬ ਇਹੋ ਜਿਹਾ ਹੈ ਜਿਵੇਂ ਇੱਕ ਉਦਾਹਰਣ ਦਿੱਤੀ ਜਾਂਦੀ ਨਾ ਵੀ ਫਲਾਨੇ ਦਾ ਚਿਹਰਾ ਚੰਦ ਵਰਗਾ ਸੋਹਣਾ ਹੈ ਚੰਦ ਕੀ ਹੋ ਗਈ ਉਪਮਾ ਪਰ ਵਾਹਿਗੁਰੂ ਜੀ ਤੇਰੀ ਕੀ ਉਪਮਾ ਕਰਾਂ ਜਾ ਅਨੂਪੇ ਹੈ ਸੱਚੇ ਪਾਤਸ਼ਾਹ ਆਪ ਜੀ ਉਪਮਾ ਦੇ ਵਿੱਚ ਆਉਂਦੇ ਨਹੀਂ ਹੋ ਇਤਾਂ ਮਹਾਂਪੁਰਸ਼ਾਂ ਵਿਦਵਾਨਾਂ ਸੰਤਾਂ ਸਾਧੂਆਂ ਨੇ ਅਰਥ ਕੀਤੇ ਨੇ ਤੁਹਾਨੂੰ ਸਾਡੀ ਨਮਸਕਾਰ ਹੈ ਨਮਸਤੰ ਅਪੇਖੇ ਭੇਖ ਕਹਿੰਦੇ ਨੇ ਲਿਬਾਸ ਨੂੰ ਭੇਖ ਕਹਿੰਦੇ ਨੇ ਖਾਸ ਸੰਪਰਦਾ ਦੇ ਚਿੰਨ ਨੂੰ ਜੋਗੀ ਜੰਗਮ ਸਰੇਵੜੇ ਐੜਾ ਹੋ ਗਿਆ ਰਹਿਤ ਸੰਪਰਦਾ ਦੇ ਵਿੱਚ ਵਿਦਵਾਨਾਂ ਦੇ ਵਿੱਚ ਐੜੇ ਦੇ ਤਿੰਨ ਅਰਥ ਨੇ ਐੜਾ ਮੈਨੇ ਵਿਆਪਕ ਐੜਾ ਮੈਨੇ ਰਹਿਤ ਨਸ਼ੀਦ ਬੋਧਕ ਦੇ ਐੜਾ ਹਰ ਅੱਖਰ ਦੇ ਵਿੱਚ ਹੈ ਇਸ ਕਰਕੇ ਵਿਸ਼ੇਸ਼ ਕਰਕੇ ਵੀ ਕਹਿ ਦਿੰਦੇ ਨੇ ਤਾਇਤਿ ਐੜਾ ਨਸ਼ੀਦ ਬੋਧਕ ਆਪੇਖੇ ਹੇ ਵਾਹਿਗੁਰੂ ਜੀ ਤੂੰ ਜੋਗੀ ਜੰਗਮ ਸਰੇਵੜੇ ਕਿਸੇ ਖਾਸ ਭੇਖ ਤੋਂ ਰਹਿਤ ਹੈ ਇਸ ਗੱਲ ਉੱਤੇ ਮਹਾਰਾਜ ਜੀ ਨੇ ਬਹੁਤ ਜ਼ੋਰ ਦਿੱਤਾ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਤੇ ਧੰਗੁਰੂ ਨਾਨਕ ਦੇਵ ਸਾਹਿਬ ਨੇ ਵੀ ਜ਼ੋਰ ਦਿੱਤਾ ਹੈ ਅੱਖੀ ਛੇਤੀ ਣਾਗ ਪਕੜੇ ਠੱਗਣ ਕੋ ਸੰਸਾਰ ਇਹੀ ਗੱਲ ਦਸਮਵੰਤ ਮਹਾਰਾਜ ਆ ਕੇ ਕਹਿੰਦੇ ਨੇ ਵੀ ਅੱਖਾਂ 'ਚ ਤੇਲ ਪਾ ਕੇ ਰੋ ਰੋ ਕੇ ਵਿਖਾਉਂਦਾ ਹੈ ਤਾਂ ਭੇਖ ਦਾ ਭਾਵ ਅਰਥ ਕੀ ਐ ਪਖੰਡ へ ਵਾਹਿਗੁਰੂ ਜੀ ਤੁਸੀਂ ਪਖੰਡਾਂ ਤੋਂ ਰਹਿਤ ਹੋ ਪਖੰਡ ਰੂਪੀ ਕਰਮ ਧਰਮ ਤੋਂ ਰਹਿਤ ਹੋ ਇਹ ਆਪ ਜੀ ਉਤੇ ਲਾਗੂ ਨਹੀਂ ਹੁੰਦੇ ਹਨ ਆਪ ਜੀ ਨੂੰ ਸਾਡੀ ਨਮਸਕਾਰ ਹੈ ਨਮਸਤੰ ਅਲੇਖੇ ਅਲੇਖੇ ਲੇਖਾ ਸਾਬ ਕਿਤਾਬ ਸਾਬ ਕਿਤਾਬ ਹੁਣ ਕੀ ਹੈ ਗਿਣਤੀ ਮਿਣਤੀ ਏ ਵਾਹਿਗੁਰੂ ਪਰਮੇਸ਼ਰ ਜੀ ਤੂੰ ਕਿਸੇ ਹਿਸਾਬ ਦੇ ਵਿੱਚ ਨਹੀਂ ਹੈ ਵੀ ਤੈਨੂੰ ਹਿਸਾਬ ਦੇਣਾ ਪੈਂਦਾ ਹੋਵੇਗਾ ਜਿਵੇਂ ਦੁਨਿਆਵੀ ਮਨੁੱਖ ਨੂੰ ਤੇ ਹਿਸਾਬ ਦੇਣਾ ਪੈਂਦਾ ਨਾ ਜਿਹਨੂੰ ਆਪਾਂ ਕਹਿੰਦੇ ਵੀ लेखा ਰੱਬ ਮੰਗੂਗਾ ਤੇਰੇ ਕੋਲ ਧਰਮਰਾਜ ਤੇਰੇ ਤੋਂ लेखा ਕਰੇਗਾ ਤੇ ਗੁਰਬਾਣੀ ਵਿੱਚ ਜਗਾ ਜਗਾ ਲਿਖਿਆ ਹੈ ਵੀ ਤੇ लेखा ਤੇ ਦੇਣਾ ਹੀ ਪਵੇਗਾ ਨਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੇ ਕਹਿੰਦੇ ਹਰ ਗੱਲ ਦਾ ਹਿਸਾਬ ਹੋਵੇਗਾ ਲੇਖੇ ਵਿੱਚ ਹੀ ਸ੍ਰੀ ਰਾਗ ਵਿੱਚ ਮਹਾਰਾਜ ਕੀ ਕਹਿੰਦੇ ਵੀ ਲੇਖੇ ਵਿੱਚ ਹੀ ਸੁਣਨਾ ਹੈ ਲੇਖੇ ਵਿੱਚ ਹੀ ਬੋਲਣਾ ਹੈ ਲੇਖੇ ਵਿੱਚ ਹੀ ਖਾਣਾ ਹੈ ਲੇਖੇ ਵਿੱਚ ਹੀ ਚੱਲਣਾ ਹੈ ਨਹੀਂ ਯਕੀਨ ਤੇ ਪੜ੍ਹੇ ਕੇ ਪੁੱਛਣ ਜਾਓ ਕਿਸੇ ਪੜ੍ਹੇ ਲਿਖੇ ਨੂੰ ਪੁੱਛ ਲਓ ਭਾਵੇਂ ਕਿਸੇ ਵਿਦਵਾਨ ਨੂੰ ਪੁੱਛ ਲਓ ਭਾਵੇਂ ਪਰ ਵਾਹਿਗੁਰੂ ਪਰਮੇਸ਼ਰ ਕਿਸੇ ਲੇਖੇ 'ਚ ਨਹੀਂ ਹਿਸਾਬ 'ਚ ਨਹੀਂ ਤੇ ਮਹਾਪੁਰਸ਼ ਭਾ ਵਰਤ ਕਰਦੇ ਦੇ ਆਲੇਖੇ ਜਿਹੜੇ ਤੇਰਾ ਨਾਮ ਜਪਣਗੇ ਤੇਰੇ ਸੰਤ ਭਗਤ ਹੇ ਵਾਹਿਗੁਰੂ ਤੂੰ ਉਹਨਾਂ ਨੂੰ ਵੀ ਲੇਖੇ ਤੋਂ ਰਹਿਤ ਕਰ ਦਿੰਨਾ ਹੈ ਨਾਨਕ ਜਿਨ ਕੋ ਸਤਿਗੁਰੂ ਮਿਲਿਆ ਤਿਨ ਕਾ ਲੇਖਾ ਨਿਬੜਿਆ ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ ਤੈਨੂੰ ਮੇਰੀ ਨਮਸਕਾਰ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ ਜਾਂ ਫਿਰ ਲੇਖਵੇਂ ਨੇ ਚਿਤ੍ਰਨ ਜਿਵੇਂ ਕੋਈ ਪੇਂਟਿੰਗ ਕੀਤੀ ਜਾਂਦੀ ਹੈ ਚਿਤਰਿਆ ਜਾਂਦਾ ਹੈ ਇਦਾਂ ਸੱਚੇ ਪਾਤਸ਼ਾਹ ਦੀ ਕੋਈ ਪਾਤਸ਼ਾਹ ਦੇ ਸਰੂਪ ਨੂੰ ਚਿਤਰ ਨਹੀਂ ਸਕਦਾ ਐਸੇ ਵਾਹਿਗੁਰੂ ਨੂੰ ਨਮਸਕਾਰ ਹੈ ਤੇ ਜੇ ਅਲੇਖੇ ਨੂੰ ਹੋਰ ਤੋੜੀ ਅੱਗੇ ਜਾ ਕੇ ਤਾਂ ਕੀ ਨਿਕਲਿਆ ਵਿੱਚੋਂ ਅਲ ਇਕੇ ਅਲ ਦਾ ਅਰਥ ਕੀ ਹੁੰਦਾ ਤ੍ਰਿਪਤੀ ਤੇ ਇਖੇ ਦਾ ਅਰਥ ਕੀ ਹੁੰਦਾ ਇਖਣਾ ਇੱਛਾ ਜਿਹੜਾ ਪਰਮਾਤਮਾ ਤੇਰੀਆਂ ਸਾਰੀਆਂ ਇੱਛਾਵਾਂ ਨੂੰ ਅਲ ਤ੍ਰਿਪਤ ਕਰ ਦਊਗਾ ਪੂਰੀਆਂ ਕਰ ਦਊਗਾ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਤ੍ਰਿਪਤੀ ਨਹੀਂ ਦੇ ਸਕਦਾ ਅਲ ਇਖੇ ਜਿਹੜਾ ਪਰਮਾਤਮਾ ਤੇਰੀਆਂ ਪੂਰੀਆਂ ਇਸ਼ਾਵਾਂ ਨੂੰ ਪੂਰਾ ਕਰੇਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੋ ਮੰਗੇ ਠਾਕੁਰ ਆਪਣੇ ਤੇ ਤੇ ਅਕਾਲ ਉਸਤਤਿ ਮਾਰਾ ਕੀ ਕਹਿੰਦੇ ਦੂਦ ਪੂਤ ਕੇ ਦਵਾਈਆ ਰੋਗ ਸੋਗ ਕੇ ਮਟਈਆ ਜੋ ਮੰਗੋਗੇ ਮਿਲੇਗਾ ਤੇ ਸਭ ਤੋਂ ਵੱਡੀ ਗੱਲ ਕੀ ਇੱਕ ਦਿਨ ਤੈਨੂੰ ਹੌਲੀ ਹੌਲੀ ਸੰਤੋਖ ਦੇ ਵਿੱਚ ਤੇਰੀ ਸੁਰਤ ਲੈ ਜਾਏਗਾ ਜਿੱਥੇ ਤੈਨੂੰ ਇੱਛਾ ਹੀ ਨਹੀਂ ਉੱਠੇਗੀ ਜਿੱਥੇ ਤੈਨੂੰ ਹੋਰ ਕੋਈ ਵਾਸ਼ਨਾ ਹੀ ਨਹੀਂ ਉੱਠੇਗੀ ਤਾਂ ਆਲੋਗੀ ਤ੍ਰਿਪਤੀ ਇਕੇ ਹੋਗੀ ਈਖਣਾ ਈਖਣਾ ਹੋਗੀ ਵਾਸ਼ਨਾ ਇਛਾਵਾਂ हे ਵਾਹਿਗੁਰੂ ਤੂੰ ਹੀ ਪੂਰੀਆਂ ਕਰੇ ਤੇ ਹੁੰਦੀਆਂ ਨੇ ਹੋਰ ਨਹੀਂ ਕੋਈ ਕਰ ਸਕਦਾ ਬਾਕੀ ਦੁਨਿਆਵੀ ਪਦਾਰਥ ਜਿੰਨੇ ਮਰਜ਼ੀ ਭੋਗੀ ਜਾਓ ਅੱਗ ਵੱਧਦੀ ਜਾਂਦੀ ਜਿੰਨੀਆਂ ਚੀਜ਼ਾਂ ਆਈ ਜਾਂਦੀਆਂ ਨੇ ਹੋਰ ਕਾਮਨਾ ਵਧਦੀ ਜਾਂਦੀ ਹੈ ਹੋਰ ਆਜੇ ਹੋਰ ਆਜੇ ਇਸਲਾਮ ਧਰਮ ਦੇ ਜਿਹੜੇ ਗ੍ਰੰਥ ਨੇ ਨਾ ਜਿਵੇਂ ਕੁਰਾਨ ਸ਼ਰੀਫ ਹੈ ਇਹ ਤੇ ਹੋ ਗਿਆ ਉਹਨਾਂ ਦਾ ਮੁੱਖ ਗ੍ਰੰਥ ਇੱਕ ਨੇ ਉਹਨਾਂ ਦੀਆਂ ਹਦੀਸਾਂ ਹਦੀਸਾਂ ਮੈਨੇ ਜਿਨ੍ਹਾਂ ਵਿੱਚ ਉਹਨਾਂ ਦੇ ਵੱਡਿਆਂ ਦੇ ਬਚਨ ਲਿਖੇ ਹੋਏ ਨੇ ਜਿਵੇਂ ਆਪਣੇ ਮੁੱਖ ਕੀ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਾਡੇ ਇਤਿਹਾਸਕ ਗ੍ਰੰਥ ਹੋ ਗਏ ਉਹਦੇ ਵਿੱਚ ਜਿਵੇਂ ਕੁਝ ਬਾਣੀ ਵੀ ਹੈ ਸ੍ਰੀ ਦਸਮ ਗ੍ਰੰਥ ਦੇ ਵਿੱਚ ਮਹਾਰਾਜ ਦੀ ਸ੍ਰੀ ਮੁਖਵਾਕ ਬਾਣੀ ਹੋ ਗਈ ਕੁਝ ਲੱਥੇ ਹੋਗੇ ਇਤਿਹਾਸ ਵੀ ਹੋ ਗਿਆ ਨਾਲ ਇਸੇ ਤਰ੍ਹਾਂ ਗਾਂ ਇਤਿਹਾਸਕ ਗ੍ਰੰਥ ਨੇ ਇਦਾਂ ਇਸਲਾਮ ਧਰਮ ਦੀਆਂ ਹਦੀਸਾਂ ਚ ਲਿਖਿਆ ਵੀ ਦੋ ਵਾਦੀਆਂ ਜਿਨ੍ਹਾਂ ਬੰਦੇ ਤੋਂ ਪੈਸਾ ਇਕੱਠਾ ਹੋ ਜਾਏ ਕਸ਼ਮੀਰ ਕੀ ਹੈ ਇੱਕ ਵਾਦੀ ਆ ਜਿਹੜਾ ਪਹਾੜਾਂ ਦੇ ਵਿੱਚ ਖਾਲੀ ਥਾਂ ਹੁੰਦਾ ਨਾ ਜਿੱਥੇ ਵਸੋਂ ਹੁੰਦੀ ਆ ਉਨੁਵਾਦੀ ਕਹਿ ਦਿੰਦੇ ਕਿ ਕਿੱਡਾ ਵੱਡਾ ਕਸ਼ਮੀਰ ਹੋਊਗਾ ਭਾਵੇਂ ਤੇਰੇ ਤੋਂ ਇੰਨਾ ਪੈਸਾ ਇਕੱਠਾ ਹੋ ਜਾਏ। ਦਾਮੀ ਕਹਿੰਦੇ ਲੋਭ ਤੇਰਾ ਪੂਰਾ ਹੋਣਾ ਨਹੀਂ। ਤਾਂ ਤ੍ਰਿਪਤੀ ਕੌਣ ਦੇ ਸਕਦਾ ਹੈ? ਸੰਤੋਖ ਕੌਣ ਦੇ ਸਕਦਾ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਹੀ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ। ਇਸ ਕਰਕੇ ਵਾਹਿਗੁਰੂ ਨੂੰ ਹੀ ਮੇਰੀ ਨਮਸਕਾਰ ਹੈ। ਨਮਸਤੰਗ ਅਲੇਖੇ ਅਲ ਇਕੇ। ਇਹ ਸ਼ਬਦ ਨੂੰ ਤੋੜ ਦਿੱਤਾ ਜਾਵੇ ਅੱਗੇ ਬਾਦਸ਼ਾਹ ਜਹਾਂਗੀਰ ਹੋਇਆ ਨਾ ਬੜਾ ਪ੍ਰਸਿੱਧ ਉਹ ਸਾਈ ਮੀਆਂ ਮੀਰ ਦੇ ਦਿੱਲੀ ਤੋਂ ਚੱਲ ਕੇ ਦਰਸ਼ਨ ਕਰਨਾ ਹੈ ਜਦੋਂ ਸਾਈ ਮੀਆਂ ਮੀਰ ਨੂੰ ਉਹਨੇ ਨਮਸ਼ਕਾਰ ਕੀਤੀ ਇੰਨੇ ਚਿਰ ਨੂੰ ਇੱਕ ਗਰੀਬ ਬੰਦਾ ਆ ਗਿਆ ਤੇ ਜਹਾਗੀਰ ਨੇ ਸਾਈਂ ਮੀਆਂ ਮੀਰ ਨੂੰ ਬੇਨਤੀ ਕੀਤੀ ਜੀ ਮੈਂ ਦੁਕਾਨ ਦੀ ਜਿਹੜੀ ਕਿੰਗਡਮ ਆ ਉਹਨੂੰ ਜਿੱਤਣਾ ਚਾਹਣਾ ਤੁਸੀਂ ਮੇਰੀ ਖੁਦਾ ਕੇ ਦੁਆ ਕਰਿਓ ਇੰਨੇ ਚਿਰ ਨੂੰ ਇੱਕ ਗਰੀਬ ਬੰਦਾ ਆ ਗਿਆ ਤੇ ਉਹਨੇ ਰੁਪਈਆ ਸਾਈਂ ਮੀਆਂ ਮੀਰ ਜੀ ਨੂੰ ਮੱਥਾ ਟੇਕਿਆ ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਜਿਹੜਾ ਬਹੁਤਾ ਗਰੀਬ ਆ ਉਹਨੂੰ ਵੇਖ ਕੇ ਦੇ ਦੇ કુદરતી ਢੋ ਮੇਲਾ ਇਹੋ ਜਿਹਾ બનાયા ਰੱਬ ਨੇ કહેnde ਜਿਹੜਾ ਬਹੁਤਾ ਗਰੀਬ ਆ ਉਹਨੂੰ ਰੁਪਈਆ ਦੇ ਦੇ ਚਲੋ ਉਹਨੇ ਸਾਰੇ ਡੇਰੇ ਦੇ ਵਿੱਚ ਵੇਖਿਆ ਸਾਰੇ ਦਰবেশਾਂ ਕੋਲੇ ਲੈ ਕੇ ਗਿਆ ਕਿਸੇ ਦਰবেশ ਨੇ ਰੁਪਈਆ ਲਿਆ ਨਾ ਉਹ ਤੂੰ ਧਿਆਨ ਕੇ ਦੁਬਾਰਾ ਮੁੜ ਕੇ ਸਾਈ ਮੀਆਂ ਮੀਰ ਜੀ ਨੂੰ ਕਹਿੰਦਾ ਜੀ ਕੋਈ ਵੀ ਫਕੀਰ ਕੋਈ ਵੀ ਦਰবেশ ਕਿਸੇ ਨੇ ਵੀ ਪ੍ਰਵਾਨ ਨਹੀਂ ਕੀਤਾ ਤਾ ਸਾਈਂ ਮਈਆ ਮੀਰ ਕੀ ਕਹਿਣ ਲੱਗੇ ਅੱਗੇ ਜਹਾਗੀਰ ਬੈਠਾ ਸੀ ਕਹਿੰਦੇ ਫਿਰ ਇਹਨੂੰ ਦੇ ਦੇ ਸਭ ਤੋਂ ਵੱਡਾ ਗਰੀਬ ਇਹ ਹੀ ਹੈ ਸਭ ਤੋਂ ਵੱਡਾ ਲੋੜਵਾਂ ਦੇ ਹੀ ਹੈ ਕਿਉਂ ਏਡੀ ਵੱਡੀ ਬਾਦਸ਼ਾਹਤ ਹੈ ਤੇ ਫਿਰ ਮੈਨੂੰ ਆਣ ਕੇ ਕਹਿੰਦਾ ਵੀ ਖੁਦਾ ਕੇ ਦੁਆ ਕਰ ਵੀ ਦੁਕਾਨ ਦੀ ਕਿੰਗਡਮ ਫਿਰ ਜਿੱਤਾਂ ਮੈਂ ਤੇ ਕਮਾਲ ਦੀ ਗੱਲ ਕਹਿੰਦੇ ਦਿੱਲੀ ਤੋਂ ਚੱਲ ਕੇ ਆਇਆ ਇਸ ਕੰਮ ਵਾਸਤੇ ਇਸ ਕਰਕੇ ਸਭ ਤੋਂ ਵੱਡਾ ਗਰੀਬ ਇਹ 100 ਰੁਪਈਆ ਇਹਨੂੰ ਦੇ ਦੇ ਦਿੱਲੀੋਂ ਤੁਰ ਕੇ ਆਇਆ ਕਿੰਨੀ ਮਿਹਨਤ ਕਰਕੇ ਆਇਆ ਮੇਰੇ ਕੋਲੇ ਪਹੁੰਚਣ ਵਾਸਤੇ ਤਾਂ ਗੁਰਬਾਣੀ ਕੀ ਕਹਿੰਦੀ ਐ ਵੀ ਜਿੰਨੀਆਂ ਲੱਕੜਾਂ ਪਾਈ ਜਾਵੇਂਗਾ ਸੱਜਣਾ ਆਗੋਂ ਨਹੀਂ ਬਲੂਗੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗੁਰਬਾਣੀ ਵਿੱਚ ਕੀ ਕਹਿੰਦੇ ਨੇ ਕਿ ਜਿੰਨੀਆਂ ਲੱਕੜਾਂ ਪਾਵੇਂਗਾ ਅਗੋਨੀ ਮੱਚਦੀ ਜਾਊਗੀ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਵਿਖਿਆ ਤੂੰ ਵਾਸ਼ਨਾ ਤੋਂ ਕੋਈ ਵੀ ਨਹੀਂ ਰੱਜਿਆ ਸੰਸਾਰ ਦੇ ਵਿੱਚ ਜਿਦਾਂ ਲੱਕੜਾਂ ਤੋਂ ਕਦੀ ਅੱਗ ਨਹੀਂ ਰੱਜੀ ਜਿੰਨੀਆਂ ਪਾਵੇਂਗਾ ਉੰਨੀਆਂ ਹੀ ਮੱਚਦੀਆਂ ਜਾਣ ਤਾ ਹੈ ਵਾਹਿਗੁਰੂ ਜੇ ਤੂੰ ਸਬਰ ਦੇ ਸਕਦਾ ਹੈ ਸੰਤੋਖ ਦੇ ਸਕਦਾ ਹੈ ਤੇ ਇੱਕ ਤੂੰ ਹੀ ਹੈ ਜਿਹੜਾ ਸਬਰ ਦੇਣ ਵਾਲਾ ਹੈ ਸੰਤੋਖ ਦੇਣ ਵਾਲਾ ਹੈ ਤੈਨੂੰ ਮੇਰੀ ਦਸਵੇਂ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਨਮਸਤੰ ਅਕਾਏ ਕਾਇ ਕਹਿੰਦੇ ਨੇ ਸਰੀਰ ਨੂੰ ਹੇ ਸੱਚੇ ਪਾਤਸ਼ਾਹ ਜਿਵੇਂ ਦੁਨਿਆਵੀ ਸਰੀਰ ਨੇ ਇਸ ਤਰ੍ਹਾਂ ਤੇਰਾ ਕੋਈ ਸਰੀਰ ਨਹੀਂ ਪੰਜ ਭੌਤਿਕ ਸਰੀਰ ਨਹੀਂ ਤੈਨੂੰ ਮੇਰੀ ਨਮਸਕਾਰ ਹੈ ਤੇ ਪੰਜਾਬੀ ਵਿੱਚ ਕਾਇ ਕਹਿੰਦੇ ਨੇ ਕਾਈ ਨੂੰ ਤੇਰੇ ਵਿੱਚ ਅਵਿਦਿਆ ਰੂਪ ਕਾਈ ਨਹੀਂ ਮੈਲ ਨਹੀਂ ਏ ਸੱਚੇ ਪਾਤਸ਼ਾਹ ਤੈਨੂੰ ਮੇਰੀ ਨਮਸਕਾਰ ਹੈ ਨਮਸਤੰ ਅਜਾਏ ਜਾਏ ਕਹਿੰਦੇ ਨੇ ਜਗ੍ਹਾ ਨੂੰ ਥਾਂ ਨੂੰ ਕੋਈ ਖਾਸ ਜਗ੍ਹਾ ਨਹੀਂ ਕੋਈ ਖਾਸ ਥਾਂ ਨਹੀਂ ਵੀ ਰੱਬ ਇੱਥੇ ਹੀ ਬਣ ਕੇ ਬਿਠਾਇਆ ਹੈ ਕਿਉਂ ਗੁਰਬਾਣੀ ਕਹਿੰਦੀ ਹੈ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ ਹੇ ਵਾਹਿਗੁਰੂ ਤੂੰ ਹਰ ਜਗ੍ਹਾ ਤੇ ਹੈ ਜਾਏ ਕਹਿੰਦੇ ਨੇ ਜਨਮ ਨੂੰ ਹੇ ਪ੍ਰਮਾਤਮਾ ਤੂੰ ਜਨਮ ਤੋਂ ਰਹਤ ਹੈ ਮਰਨ ਤੋਂ ਰਹਤ ਹੈ ਤੈਨੂੰ ਮੇਰੀ ਨਮਸ਼ਕਾਰ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਹੋਏ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੇ ਸਨਮੁਖ ਉਸਤਤ ਉਚਾਰਦੇ ਨੇ ਤੇ ਨਮਸ਼ਕਾਰਾਂ ਉਦੇ ਸ਼ੁਭ ਗੁਣ ਦੇਖ ਕੇ ਉਹਦੇ ਕਰਮ ਨਾਮ ਕਥਨ ਕਰਕੇ ਨਮਸਕਾਰਾਂ ਕਰਦੇ ਨੇ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਜੀ ਅੱਗੇ ਵਾਸਤੇ ਸਾਰੀ ਸੰਗਤ ਦੇ ਸੁਮਤ ਬਖਸ਼ੜੀ ਜੀ ਲੇਖ ਹੈ ਕਤੇ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ ਸਤ ਸੰਗਤ ਹਾਜ਼ਰੀ ਪ੍ਰਵਾਨ ਕਰੇ ਧੰਨ ਬਾਬਾ ਜਵਾਰਦਾਸ ਜੀ ਆਪਣੇ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਕਰਨ ਅੱਗੇ ਵਾਸਤੇ ਸਮਤ ਬਖਸ਼ਣ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂ